ਆ ਦੋਸਤੋ ਮੁੜ ਹਾਜ਼ਰ ਹੋਏ ਹਾਂ ਅਸੀਂ ਤੁਹਾਡੀ ਖਿਦਮਤ ਦੇ ਵਿੱਚ। ਮੈਂ ਗੁਜ਼ਾਰਿਸ਼ ਕਰਾਂਗਾ ਆਪਣਾ ਛੋਟਾ ਛੋਟਾ ਸਵਾਲ ਅਤੇ ਛੋਟਾ ਛੋਟਾ ਵਿਚਾਰ, ਤਾਂ ਜੋ ਕਿ ਵੱਡਾ ਅਤੇ ਲੰਬਾ ਵਿਚਾਰ ਨਾ ਹੋਵੇ, ਉਹ ਤੁਸੀਂ ਰੱਖ ਸਕਦੇ ਹੋ ਇਸ ਵੇਲੇ ਸਾਡੇ ਸਕਰੀਨ ਦੇ ਉੱਤੇ ਆ ਰਹੇ ਨੰਬਰਾਂ ਦੇ ਉੱਤੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਸਰ ਕੀ ਕਹੋਗੇ? ਸਰ ਕਹਿਣਾ ਕੀ ਹੈ, ਇਸ ਦੇਸ਼ ਵਾਸਤੇ ਜਿਹੜੀ ਅਸਲ ਹਿਸਟਰੀ ਹੈ ਨਾ ਜੀ। ਹੈਲੋ, ਹਾਂਜੀ ਹਾਂਜੀ ਹਾਂਜੀ, ਕੁਇਕਲੀ ਜੀ ਤੇਜ਼ ਬੋਲੋ ਔਰ ਕੁਇਕਲੀ ਗੱਲ ਦੱਸੋ, ਕਿਉਂਕਿ ਸਮਾਂ ਬਹੁਤ ਸ਼ਾਰਟ ਹੈ। ਮੈਂ ਬੁੱਕ ਲਿਆਂਦੀ ਸਾਹਮਣੇ ਜੀ, 2640 ਬੰਦਿਆਂ ਨੂੰ ਕਾਲੇ ਪਾਣੀ ਭੇਜਿਆ ਗਿਆ ਜੀ, ਤੇ 2147 ਸਿੱਖ ਔਰ 121 ਨੂੰ ਫਾਂਸੀ ਲੱਗੀ ਤੇ 93 ਸਿੱਖ ਜੀ। ਔਰ ਸੁਭਾਸ਼ ਚੰਦਰ ਬੋਸ ਦੀ ਆਰਮੀ ਚ ਟੋਟਲ 42,000 ਸਨ ਤੇ 28,000 ਸਿੱਖ ਸਨ। ਬਿਲਕੁਲ ਠੀਕ, ਕੋਈ ਲੱਭਿਆ ਅੱਜ ਤੱਕ ਸਰਕਾਰਾਂ ਦੇ ਜਿਹੜੇ ਨੇਤੇ ਵਰਲਡ ਬੋਲਦੇ ਆ, ਇਹ ਬੜੇ ਜ਼ਿਆਦਾ ਨਜਾਇਜ਼ ਬੋਲ ਜਾਂਦੇ ਆ। ਜਿੱਦਾਂ ਕਿ ਇੱਕ ਹਿੰਦੁਸਤਾਨ ਦਾ ਕਿਸੇ ਵੀ ਮੁਲਕ ਸਟੇਟ ਦਾ ਉਹ ਮੁੱਖ ਮੰਤਰੀ ਹੈਗਾ, ਉਹ ਦੇਸ਼ ਦੇ ਖਿਲਾਫ ਹੀ ਕੋਈ ਫਾਰੂਕ ਅਬਦੁੱਲਾ ਕਿੰਨੇ ਵਾਰੀ, ਉਹਦਾ ਮੁੰਡਾ ਕਿੰਨੇ ਵਾਰੀ ਗਲਤ ਬੋਲ ਗਿਆ, ਜਾਂ ਯੂਪੀ ਦੇ ਮੁੱਖ ਮੰਤਰੀ ਕਿੰਨੇ ਵਾਰੀ ਗਲਤ ਬੋਲ ਗਏ। ਇਹਨਾਂ ਲੋਕਾਂ ਜਦੋਂ ਇਹਨਾਂ ਦੇ ਉੱਤੇ ਸ਼ਕਤੀਆਂ ਦਾ ਕੋਈ ਵੀ ਪ੍ਰਵਾਧਾਨ ਨਹੀਂ ਬੰਨਿਆ ਜਾਂਦਾ, ਉਦੋਂ ਤੱਕ ਕੋਈ ਸਪਸ਼ਟਤਾ ਨਹੀਂ ਸੋਲ ਹੋ ਸਕਦਾ। ਥੈਂਕ ਯੂ। ਦੇਖੋ ਸਰ, ਮੈਂ ਇੱਕ ਗੱਲ ਨਾਲ ਦੀ ਨਾਲ ਤੁਹਾਡੇ ਨਾਲ ਕਰਨੀ ਚਾਹਾਂਗਾ, ਜਿਹੜੀ ਇਹਨਾਂ ਨੇ ਸਰਦਾਰ ਸਾਹਿਬ ਨੇ ਗੱਲ ਕੀਤੀ ਹੈ, ਅੱਜ ਮੈਂ ਸਮਝਾਂਗਾ ਮੁਲਕ ਦੇ ਵਿੱਚ ਕਿੱਡਾ ਵੱਡਾ ਗਲਤ ਫੈਸਲਾ ਹੋਇਆ, ਸ਼ਰੇ ਆਮ ਲੋਕਾਂ ਨੂੰ ਦਿਸ ਰਿਹਾ। ਅੱਜ ਪੰਜਾਬ ਦੇ ਵਿੱਚ ਉਹੀ ਅਕਾਲੀ ਨੇ, ਉਹੀ ਸਿੱਖ ਨੇ, ਉਹ ਸਿੱਖਾਂ ਦੀ ਬਰਬਾਦੀ ਦੇ ਉੱਤੇ ਤਾੜੀਆਂ ਵਜਾ ਰਹੇ ਨੇ, ਅੱਜ ਪੰਜਾਬ ਦੀ ਬਰਬਾਦੀ ਦੇ ਉੱਤੇ ਤਾੜੀਆਂ ਵਜਾ ਰਹੇ ਨੇ। ਇਹ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ 2025 ਦੇ ਵਿੱਚ ਸੋਕਾ ਪੈ ਜਾਏਗਾ, ਪੰਜਾਬ ਦਾ ਪਾਣੀ ਖਤਮ ਹੋ ਜਾਏਗਾ, ਔਰ ਸੈਂਟਰ ਗੌਰਮੈਂਟ ਜਿਹੜੀ ਹੈ ਉਹ ਫਸਲਾਂ ਦੇ ਸਮਰਥਨ ਮੁੱਲ ਦੇ ਵਿੱਚੋਂ ਸਿਰਫ ਅਤੇ ਸਿਰਫ ਇੱਕੋ ਫਸਲ ਦਾ ਮੁੱਲ ਵਧਾ ਰਹੀ ਹੈ, ਜਿਸ ਨੇ ਪਾਣੀ ਖਤਮ ਕੀਤਾ, ਬਜਾਏ ਉਹ ਫਸਲ ਬੀਜਣ ਤੋਂ ਰੋਕਣ ਵਾਸਤੇ ਅੱਜ ਆਲੂ, ਦਾਲਾਂ, ਕਣਕ, ਮੱਕੀ, ਸੂਰਜਮੁਖੀ ਕਿਸੇ ਦਾ ਸਮਰਥਨ ਮੁੱਲ ਨਹੀਂ ਵਧਾਇਆ, ਜਿਸ ਜਿਹੜੀ ਚੀਜ਼ ਸਭ ਤੋਂ ਪਹਿਲਾਂ ਪਾਣੀ ਥੱਲਿਓਂ ਲੈ ਕੇ ਬਰਬਾਦੀ ਪਾਣੀ ਦੀ ਤਬਾਹੀ ਕਰ ਰਹੀ ਹੈ। ਝੋਨਾ ਜਿਸ ਨੂੰ ਚੌਲ ਕਹਿੰਦੇ ਆ, ਉਹ ਚੌਲ ਦਾ 200 ਰੁਪਇਆ ਜਿਹੜਾ ਉਹ ਪ੍ਰਤੀ ਕੁਇੰਟਲ ਮੁੱਲ ਵਧਾ ਕੇ, ਔਰ ਉਸ ਤੋਂ ਬਾਅਦ ਜਦੋਂ 6 ਮਹੀਨੇ 4 ਮਹੀਨੇ ਬਾਅਦ ਕੱਟੇ ਜਾਂਦੇ ਨੇ, ਤਾਂ ਉਹ ਪੂਰੇ ਦੇ ਪੂਰੇ ਪੰਜਾਬ, ਹਰਿਆਣਾ, ਦਿੱਲੀ, ਪੂਰਾ ਨੌਰਦਰਨ ਜਿੰਨਾ ਇੰਡੀਆ ਹੈ, ਉਸ ਨੂੰ ਪੋਲਿਊਸ਼ਨ ਦੇ ਨਾਲ ਭਰ ਦਿੰਦੀ। ਅੱਜ ਪਰਾਲੀ ਨੂੰ ਸਾੜਨ ਦੇ ਉੱਤੇ ਕਿੱਡੀਆਂ ਪਾਬੰਦੀਆਂ, ਕਿੱਡੇ ਉਸ ਨੂੰ ਕਰਨ ਦੇ ਉੱਤੇ, ਪਰ ਜਦੋਂ ਇਹ ਪਤਾ ਕਿ ਪਾਣੀ ਮੁੱਕ ਰਿਹਾ, ਤਾਂ ਫਿਰ ਸਿਰਫ ਉਸ ਫਸਲ ਦਾ ਮੁੱਲ ਵਧਾ ਕੇ 200 ਰੁਪਈਆ ਪ੍ਰਤੀ ਕੁਇੰਟਲ, ਦੂਜੀਆਂ ਫਸਲਾਂ ਜਿਹੜੀਆਂ ਘੱਟ ਪਾਣੀ ਲੈਂਦੀਆਂ ਨੇ ਉਹਨਾਂ ਦਾ ਮੁੱਲ ਬਿਲਕੁਲ ਨਹੀਂ ਵਧਾਇਆ ਗਿਆ। ਫਿਰ ਇਹ ਧਰਤੀ ਬੰਜਰ ਕਰਨ ਦੀ ਤਰਕੀਬ ਇਹਨਾਂ ਰਾਜਨੀਤਿਕ ਲੋਕਾਂ ਨੂੰ ਕੌਣ ਦਿੰਦਾ? ਅਤੇ ਇਸ ਗੱਲ ਲਈ ਕਿ ਤੁਹਾਡੀ ਬਰਬਾਦੀ ਹੁਣ 25 'ਚ ਨਹੀਂ, ਉਸ ਤੋਂ ਜਲਦੀ ਹੋ ਰਹੀ ਹੈ, ਆਓ ਪ੍ਰਧਾਨ ਮੰਤਰੀ ਦਾ ਸਵਾਗਤ ਕਰਕੇ ਤਾੜੀਆਂ ਵਜਾ ਕੇ ਔਰ ਇੱਕ ਬੇਸ਼ਰਮੀ ਦਾ ਤਾਂਡਵ ਨਾਚ ਨੱਚੀਏ, ਇਹਦੇ ਉੱਤੇ ਕੀ ਵਿਚਾਰ, ਕਿਉਂ ਨਹੀਂ ਇਹ ਸਹੀ ਫੈਸਲੇ ਲੈਂਦੇ? ਦੇਖੋ, ਗੱਲ ਇਹ ਹੈ, ਸਿਰਫ ਪਾਣੀ ਦੀ ਪ੍ਰੋਬਲਮ ਨਹੀਂ ਹੈਗੀ ਹੈ। ਤੁਸੀਂ ਰੇਨ ਵਾਟਰ ਹਾਰਵੈਸਟਿੰਗ, ਇੱਕ ਪਾਸੇ ਫਲੱਡ ਹੋ ਰਹੇ ਹੈਗੇ ਨੇ, ਦੂਜੇ ਪਾਸੇ ਸੁੱਕਾ ਪੈ ਰਿਹਾ ਹੈਗਾ ਜੀ, ਸਿਰਫ ਇੱਕ ਉਸੀ ਕੰਟਰੀ ਵਿੱਚ ਇਹ ਹਾਲ ਹੈ, ਔਰ ਅੱਜ ਦਾ ਨਹੀਂ ਹੈਗਾ, ਪਿੱਛੇ 70 ਸਾਲਾਂ ਤੋਂ ਚੱਲੀ ਜਾਂਦਾ, ਹਰ ਸਾਲ ਹੀ ਫਲੱਡ ਆਈ ਜਾਂਦਾ ਹੈਗਾ, ਤਾਂ ਹਰ ਸਾਲ ਹੀ ਕਿਤੇ ਸੁੱਕਾ ਪਈ ਜਾਂਦਾ ਹੈਗਾ। ਤਾਂ ਇੰਸਟੈਡ ਆਫ ਐਡਰੈਸਿੰਗ ਦੀ ਇਸ਼ੂ ਨੂੰ, ਸਮੱਸਿਆ ਨੂੰ ਸੁਲਝਾਉਣ ਵਾਸਤੇ, ਇਹ ਲੋਕ ਖਾਲੀ ਬੈਂਡੇਡ ਲਗਾਈ ਜਾਂਦੇ ਨੇ ਔਰ ਲੋਕਾਂ ਦੀ ਅੱਖ ਵਿੱਚ ਧੂਲ ਪਈ ਜਾ ਕੇ ਦਿੰਦੇ ਨੇ। ਅਗਰ ਸਿਰਫ 5% ਬਾਰਿਸ਼ ਦਾ ਪਾਣੀ ਨੂੰ ਹਾਰਵੈਸਟ ਕੀਤਾ ਜਾਏ, ਤੁਹਾਡੀ ਵਾਟਰ ਪ੍ਰੋਬਲਮ ਸੋਲਵ ਹੋ ਜਾਂਦੀ, ਓਨਲੀ 5%, ਓਨਲੀ 5%, ਰਿਪੀਟ ਕਰਦਾ ਮੈਂ, ਤੁਸੀਂ 5% ਰੇਨ ਵਾਟਰ ਹਾਰਵੈਸਟਿੰਗ ਕਰ ਲਓ, ਤੁਹਾਡੀ ਬਾਰਿਸ਼ ਦੀ ਪ੍ਰੋਬਲਮ ਹਮੇਸ਼ਾ ਖਤਮ ਹੋ ਜਾਂਦੀ ਹੈਗੀ ਹੈ। ਯੂ ਵਿਲ ਨੋਟ ਰਨ ਸ਼ਾਰਟ ਆਫ ਵਾਟਰ, ਤੁਹਾਡਾ ਗਰਾਊਂਡ ਵਾਟਰ ਜਾਂ ਟੇਬਲ ਉੱਠ ਜਾਂਦਾ ਹੈਗਾ, ਦੈਟ ਇਜ਼ ਵਨ ਮੇਜਰ ਥਿੰਗ। ਔਰ ਜਿਹੜਾ ਪਾਣੀ ਤੁਹਾਡੇ ਕੋਲ ਅੱਜ ਹੈਗਾ,
ਉਹਦੇ ਵਿੱਚ ਕੈਮੀਕਲਸ ਪੋਲੂਟੈਂਟਸ ਕਰਕੇ ਉਹ ਉਹਦੇ ਨਾਲ ਕੈਂਸਰ ਹੋ ਜਾਂਦਾ ਲੋਕਾਂ ਨੂੰ। ਬਿਲਕੁਲ ਤੁਸੀਂ ਇਹ ਦੇਖੋ ਕਿ ਲੋਕਾਂ ਦੀਆਂ ਉੱਥੇ ਪੰਜਾਬ ਵਿੱਚ ਉੜਤਾ ਪੰਜਾਬ ਉਹ ਪਿਕਚਰ ਆਈ ਸੀਗੀ, ਬਿਲਕੁਲ ਉਹ ਟ੍ਰੇਨ ਚੱਲਦੀ ਹੈਗੀ ਹੈ, ਕੈਂਸਰ ਦੀ ਟ੍ਰੇਨ ਚੱਲਦੀ ਹੈਗੀ ਹੈ। ਕਿੰਨੇ ਸ਼ਰਮ ਦੀ ਗੱਲ ਹੈ, ਅਸੀਂ ਆਪਣੀ ਜਨਰੇਸ਼ਨ ਨੂੰ ਖਰਾਬ ਕੀਤਾ ਹੈਗਾ, ਸਤਿਆਨਾਸ਼ ਕਰਤਾ ਹੈਗਾ। ਆਈ ਮੀਨ ਕਿਵੇਂ ਮਾਫ਼ ਕਰ ਸਕਦੀ ਹੈ ਸਾਡੀ ਜਨਤਾ ਸਾਨੂੰ ਯਾਰ? ਸਰ ਪ੍ਰਵਾਸੀਆਂ ਨੂੰ ਨਹੀਂ ਪਤਾ ਅੱਜ ਦੀ ਹਾਲਾਤ ਦੇ ਵਿੱਚ ਪੰਜਾਬ ਦੀ ਇੱਕ ਪੀੜ੍ਹੀ ਬਿਲਕੁਲ ਤਬਾਹ ਹੋ ਗਈ ਆ, ਔਰ ਐਡੇ ਵੱਡੇ ਪੱਧਰ ਦੇ ਉੱਤੇ ਉਹ ਪੀੜ੍ਹੀ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਰਹੀ, ਔਰ ਪੰਜਾਬ ਦੇ ਵਿੱਚ ਬਾਹਰੋਂ ਲਿਆ ਕੇ ਪਤਾ ਨਹੀਂ ਉਹ ਕੇਸ 'ਤੇ ਨੇ ਸਪਰਮਸ ਵੇਚੇ ਜਾ ਰਹੇ ਨੇ ਪੰਜਾਬ ਦੀ ਨਸਲ ਨੂੰ ਖਤਮ ਕਰਨ ਵਾਸਤੇ। ਇਹ ਗਲਤ ਰਾਜਨੀਤਿਕ ਫੈਸਲਿਆਂ ਵੱਲ ਕਿਸੇ ਪੋਲੀਟੀਕਲ ਬੰਦੇ ਦੀ ਨਜ਼ਰ ਜਿਹੜੀ ਹੈ ਉਹ ਨਹੀਂ ਉੱਠਦੀ। ਅੱਜ ਕਿਉਂ ਨਹੀਂ ਉਸ ਮੁਲਕ ਦੇ ਵਿੱਚ, ਮੈਂ ਸਮਝਾਂਗਾ ਲੋਕਾਂ ਨੂੰ ਮੋਟੀਵੇਟ ਕਰਨ ਵਾਲੇ ਲੋਕ ਜਿਨ੍ਹਾਂ ਦੀ ਗੱਲ ਅੱਜ ਲੋਕਾਂ ਦੇ ਵਿੱਚ ਵੀ ਕਸੂਰ ਹੈ, ਮੈਨੂੰ ਲੱਗਦਾ ਕਿ ਉਹ ਲੋਕਾਂ ਦੀ ਗੱਲ ਸੁਣਨ ਵਾਸਤੇ ਚੰਗੇ ਲੋਕਾਂ ਦੀ ਤਿਆਰ ਨੇ, ਜਾਂ ਵਿਕ ਜਿਹੜੇ ਵਿਕ ਜਾਂਦੇ ਨੇ ਲੋਕ ਉਹਨਾਂ ਦੀ ਗੱਲ ਹੈ। ਗੱਲ ਇਹ ਹੈ ਜੀ ਕਿ ਜਦੋਂ ਇਨਸਾਨ ਦਾ ਜ਼ਮੀਰ ਖਤਮ ਹੋ ਜਾਏ ਨਾ, ਉਹ ਆਤਮਾ ਮਰ ਜਾਏ, ਜਿਹਦੀ ਆਤਮਾ ਸੁੱਤੀ ਹੁੰਦੀ ਹੈ ਉਹਨੂੰ ਜਗਾ ਸਕਦੇ ਹਨ, ਜਿਹਦੀ ਆਤਮਾ ਮਰ ਜਾਂਦੀ ਹੈਗੀ ਹੈ ਉਹਨੂੰ ਕਿੱਥੋਂ ਜਗਾਓਗੇ? ਤੋ ਸੈਡਲੀ ਸਾਡਾ ਮੁਲਕ ਹਮੇਸ਼ਾ ਨੁਕਸਾਨ ਪਾਇਆ ਹੈਗਾ। ਜਦੋਂ ਇੱਕ ਛੋਟੀ ਜਿਹੀ ਦੇਖੋ, ਜਦੋਂ ਇੱਕ ਕੋਈ ਆਦਮੀ ਖੁਦਕਸ਼ੀ ਕਰਨ ਨੂੰ ਉਹਨੇ ਹੈਲਬੈਂਡ ਫੈਸਲਾ ਹੀ ਕਰ ਲਿਆ ਹੈਗਾ, ਤੋ ਕਿੰਨੀ ਵਾਰੀ ਕੌਣ ਰੋਕ ਸਕਦਾ ਉਹਨੂੰ? ਇਸ ਪੇੜ ਤੋਂ ਨਹੀਂ ਲਟਕੇਗਾ, ਦੂਜੇ ਤੋਂ ਲਟਕ ਜਾਏਗਾ, ਦੂਜੇ ਤੋਂ ਨਹੀਂ ਲਟਕੇਗਾ, ਤੀਜੇ ਤੋਂ ਲਟਕ ਜਾਏਗਾ। ਹੁਣ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਜਦ ਤੱਕ ਅੱਛੇ ਬੰਦੇ ਲੋਕ ਅੱਗੇ ਐਜ਼ ਅ ਲੀਡਰਸ਼ਿਪ ਰੋਲ 'ਤੇ ਨਹੀਂ ਆਉਣਗੇ, ਮੁਲਕ ਸਹੀ ਤਰੀਕੇ ਨਾਲ ਲਾਈਨ 'ਤੇ ਪਏਗਾ ਨਹੀਂ। ਸੋ ਸਾਨੂੰ ਵੀ ਨੀਡ ਗੁੱਡ ਲੀਡਰਸ਼ਿਪ, ਔਰ ਹਮੇਸ਼ਾ ਤੁਸੀਂ ਦੇਖੋਗੇ ਜਿਹੜਾ ਮੁਲਕ ਤਰੱਕੀ 'ਤੇ ਹੈਗਾ ਉਹਦੀ ਲੀਡਰਸ਼ਿਪ ਦੇਖੋ, ਜਿਹੜਾ ਮੁਲਕ ਸਤਿਆਨਾਸ਼ ਹੋ ਰਿਹਾ ਉਹਦੀ ਲੀਡਰਸ਼ਿਪ ਦੇਖੋ। ਅੱਜ ਸਾਡੀ ਪਾਪੂਲੇਸ਼ਨ ਹੈਗੀ ਹੈ 125 ਕਰੋੜ ਹੈਗੀ ਹੈ, ਉਹ ਕਹਿੰਦੇ ਜੀ ਦਿਸ ਇਜ਼ ਪਾਪੂਲੇਸ਼ਨ ਹੈਜ਼ ਬਿਕਮ ਆਵਰ ਬਿਗੈਸਟ ਐਸੈਟ, ਡੈਮੋਗ੍ਰਾਫਿਕਸ ਆਰ ਇਨ ਆਵਰ ਫੇਵਰ, ਸੀ 70% 60% ਆਫ ਦਾ ਯੂਥ ਇਜ਼ ਬਿਲੋ ਏਜ 35। ਕੁਐਸਚਨ ਇਜ਼ ਦੈਟ ਆਰ ਦੋਜ਼ ਆਪਣਾ ਪਾਪੂਲੇਸ਼ਨ ਡਿਵੀਡੈਂਟਸ ਹੈਗੇ ਨੇ ਜਾਂ ਪਾਪੂਲੇਸ਼ਨ ਹੈਜ਼ ਬਿਕਮ ਅ ਨਾਈਟਮੇਅਰ? ਸਵਾਲ ਇਹ ਹੈ, 5% ਇੰਡੀਆ ਦੀ ਪਾਪੂਲੇਸ਼ਨ ਇਜ਼ ਡਿਸੇਬਲਡ, 5% ਫੋਰ 125 ਕਰੋੜ ਵਿੱਚ ਕਿੱਥੇ ਕਿੰਨਾ ਨੰਬਰ ਪਹੁੰਚ ਜਾਂਦਾ ਹੈਗਾ। ਐਂਡ ਵੀ ਹੈਵ ਟੂ ਬੀ ਕਲੀਅਰ ਐਂਡ ਕੇਅਰਫੁੱਲ ਵਾਟ ਇਜ਼ ਹੈਪਨਿੰਗ। ਕਈ ਜਗ੍ਹਾ 'ਤੇ ਇੰਨੀ ਗਰਾਊਂਡ ਵਾਟਰ ਦੀ ਪੋਲਿਊਸ਼ਨ ਹੈਗੀ ਹੈ, ਉੱਥੇ ਸਾਇਨਾਈਡ ਹੈਗਾ ਔਰ ਕੀ ਹੈਗਾ ਉੱਥੇ, ਉਹਦੇ 'ਚ ਉੱਥੇ ਉਸ ਪੂਰੇ ਵਿਲੇਜ ਵਿੱਚ ਲੋਕ ਅਪਾਹਿਜ ਪੈਦਾ ਹੋ ਹੀ ਰਹੇ ਨੇ ਸਾਰੇ, ਕਿਤੇ ਟੰਗ ਨਹੀਂ ਹੈ, ਕਿਤੇ ਪੈਰ ਨਹੀਂ ਹੈ, ਕਿਤੇ ਹੱਥ ਨਹੀਂ ਹੈਗਾ, ਉਹ ਸਾਰੀ ਵਿਲੇਜ ਇਟ ਇਜ਼ ਬਿਕੋਜ਼ ਆਫ ਪੋਲਿਊਸ਼ਨ। ਤਾਂ ਇਸ ਵਾਸਤੇ ਇਹ ਹੈ ਕਿ ਤੁਸੀਂ ਅਸੀਂ ਇੱਥੇ ਬੈਠ ਕੇ ਸਟੂਡੀਓ ਵਿੱਚ ਗੱਲ ਕਰਦੇ ਹਾਂ, ਇਹਦਾ ਇਹ ਮਤਲਬ ਨਹੀਂ ਹੈ ਕਿ ਪੀਪਲ ਡੋਂਟ ਨੋ, ਲੋਕਾਂ ਨੂੰ ਪਤਾ ਨਹੀਂ ਹੈਗਾ, ਲੋਕਾਂ ਨੂੰ ਪਤਾ ਹੈਗਾ, ਬਟ ਸੈਡ ਪਾਰਟ ਇਜ਼ ਕਿ ਨੋਬਡੀ ਇਜ਼ ਡੂਇੰਗ ਐਨੀਥਿੰਗ ਅਬਾਊਟ ਇਟ। ਐਂਡ ਜਿਨ੍ਹਾਂ ਨੂੰ ਆਪਣੀ ਜਾਗਰਤੀ ਹੈਗੀ ਹੈ ਉਹ ਖੜ੍ਹੇ ਹੋ ਕੇ ਤਿਆਰ ਨਹੀਂ ਹੈਗੇ ਨੇ, ਔਰ ਜਿਨ੍ਹਾਂ ਦੇ ਵਿੱਚ ਸ਼ਮਤਾ ਹੈਗੀ ਹੈ ਉਹ ਪਿੱਛੇ ਹਟੇ ਪਏ ਨੇ। ਤੋ ਇਹਦੇ 'ਚ ਅਸੀਂ ਆਪਣੇ ਆਪ ਨੂੰ ਵੀ ਦੋਸ਼ੀ ਮੰਨਦੇ ਹਾਂ। ਬਿਲਕੁਲ 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 ਬਿਲਕੁਲ। ਮੈਨੂੰ ਵੀ ਕੋਈ ਕਵੇ ਕਿ ਤੁਸੀਂ ਕਿਉਂ ਨਹੀਂ ਖੜ੍ਹ ਕੇ ਅੱਗੇ ਆਉਂਦੇ? ਮੈਂ ਆਈ ਵਾਜ਼ ਐਟ ਵਨ ਟਾਈਮ ਲੀਡਿੰਗ ਅ ਪੋਲੀਟੀਕਲ ਪਾਰਟੀ, ਦੈਨ ਐਟ ਦੈਟ ਟਾਈਮ ਆਈ ਰਿਲਾਈਜ਼ ਆਈ ਰਿਜ਼ਾਈਨਡ ਆਲਸੋ, ਮੈਂ ਆਪਣੀ ਪਾਰਟੀ ਤੋਂ ਰਿਜ਼ਾਈਨ ਵੀ ਕੀਤਾ ਹੈਗਾ ਉਸ ਟਾਈਮ। ਅਤੇ ਮੈਨੂੰ ਪੁੱਛਿਆ ਲੋਕਾਂ ਨੇ ਕਿ ਬਾਈ ਤੁਸੀਂ ਕਿਉਂ ਰਿਜ਼ਾਈਨ ਕੀਤਾ ਹੈਗਾ, ਔਰ ਇਹ ਨਹੀਂ ਹੈਗਾ ਕਿ ਸਪੋਰਟ ਨਹੀਂ ਕੀਤੀ, ਲੋਕਾਂ ਨੇ ਮੈਨੂੰ ਸਪੋਰਟ ਕੀਤੀ ਹੈਗੀ। ਇਹ ਵੀ ਗਲਤ ਲੋਕ ਕਹਿੰਦੇ ਨੇ ਕਿ ਜੀ ਅੱਛੇ ਆਦਮੀ ਨੂੰ ਕੋਈ ਆਉਣ ਨਹੀਂ ਦਿੰਦਾ, ਉਹ ਮੈਂ ਕਹਿੰਦਾ ਗੱਲ ਸੁਣੋ, ਜੇ ਅੱਛੇ ਆਦਮੀ ਦੀ ਤਾਕਤ ਨਹੀਂ ਹੈਗੀ ਹੈ ਤਾਂ ਆ ਕੇ ਵੀ ਕਰੇਗਾ ਕੀ? ਕਰੇਗਾ ਵੀ ਕੀ? ਬਿਲਕੁਲ ਸਰ। ਦੋਸਤੋ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ, ਇਸੇ ਤਰ੍ਹਾਂ ਤੁਹਾਡੀਆਂ ਕਾਲਸ ਲਵਾਂਗੇ, ਇਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।